ਹਾਂਜੀ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਸਟੱਡੀ ਚੈਨਲ ਮੀਤ ਸਰ ਮੈਥਸ ਦੇ ਉੱਤੇ। ਹਾਂਜੀ, ਅੱਜ 12th ਕਲਾਸ ਦੇ ਲਈ ਅਕਾਊਂਟੈਂਸੀ ਦਾ ਜਿਹੜਾ ਪੇਪਰ ਹੈ ਉਹਨਾਂ ਦਾ ਸਪਟੰਬਰ 2024 ਦੇ ਲਈ, ਉਸਦੇ ਲਈ ਇੱਕ ਸੈਂਪਲ ਪੇਪਰ ਦੇਖਦੇ ਹਾਂ। ਹਾਂਜੀ, ਸਿਰਫ ਤਾਂ ਸਿਰਫ ਸੈਂਪਲ ਪੇਪਰ ਹੈ ਜੀ, ਆਪਣੀ ਵਧੀਆ ਤਿਆਰੀ ਕਰਨੀ ਹੈ ਅਤੇ ਰਿਵੀਜ਼ਨ ਦੇ ਤੌਰ 'ਤੇ ਤੁਸੀਂ ਇਹਨਾਂ ਕੁਐਸਚਨਸ ਨੂੰ ਵੀ ਕਰ ਲੈਣਾ, ਤਾਂ ਚੈੱਕ ਕਰ ਲੈਣਾ ਕਿ ਤੁਹਾਡੀ ਵਧੀਆ ਰਿਵੀਜ਼ਨ ਹੋ ਗਈ ਹੈ, ਵਧੀਆ ਤਿਆਰੀ ਹੋ ਚੁੱਕੀ ਹੈ। ਸੋ ਅੱਗੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨਸ ਔਨ ਕਰ ਦਿਓ, ਤਾਂ ਕਿ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਹਾਂਜੀ, ਸੈਕਸ਼ਨ ਏ ਆਲ ਪਾਰਟਸ ਆਰ ਕੰਪਲਸਰੀ, ਈਚ ਕੁਐਸਚਨ ਕੈਰੀ 1 ਮਾਰਕ। ਹਾਂਜੀ, ਸੋ ਇਹਨਾਂ ਦਾ ਤੁਸੀਂ ਬਈ ਸਕਰੀਨਸ਼ੋਟ ਲੈ ਲੈਣਾ, ਕੁਐਸਚਨ ਨੰਬਰ 1 ਤੋਂ ਲੈ ਕੇ ਹਾਂਜੀ 10 ਤੱਕ। ਹਾਂਜੀ, ਉਮੀਦ ਹੈ ਤੁਸੀਂ ਲੈ ਲਿਆ ਹੋਣਾ। ਚਲਦੇ ਹਾਂ ਅੱਗੇ 11 ਤੋਂ 20 ਤੱਕ, ਇਹਦਾ ਬਈ ਸਕਰੀਨਸ਼ੋਟ ਲੈ ਲਓ 11 ਤੋਂ 20 ਤੱਕ। ਹਾਂਜੀ, ਚੱਲੀਏ ਫਿਰ ਅੱਗੇ। ਚਲੋ ਜੀ, ਚਲਦੇ ਹਾਂ ਫਿਰ ਅੱਗੇ, ਕੁਐਸਚਨ ਨੰਬਰ 2 ਤੋਂ 17, ਦੋ ਨੰਬਰ ਦੇ ਨੇ। ਹਾਂਜੀ, ਇੱਥੇ ਆ ਗਿਆ ਆਪਣੇ ਕੋਲ 10 ਤੱਕ ਜਿਹੜਾ ਹੈ ਜਿਹੜਾ ਤੁਸੀਂ ਹੈ ਆਪਣਾ ਸਕਰੀਨਸ਼ੋਟ ਲੈ ਲਓ। ਫਿਰ ਚਲਦੇ ਹਾਂ ਆਪਾਂ ਅੱਗੇ ਇਸ ਕੁਐਸਚਨ ਦੇ ਵਿੱਚ। ਹਾਂਜੀ, 11 ਤੋਂ 16 ਤੱਕ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਇਹਨਾਂ ਦਾ ਸਕਰੀਨਸ਼ੋਟ ਲੈ ਕੇ ਆਪਣੀ ਵਧੀਆ ਰਿਵੀਜ਼ਨ ਕਰ ਲਓ ਜੀ। ਆ ਜਾਂਦੇ ਹਾਂ 17 'ਤੇ, ਫਿਰ 17 'ਤੇ, ਸੋ 17 ਦੇਖ ਲਓ, ਉਸ ਤੋਂ ਬਾਅਦ ਆ ਜਾਂਦੇ ਹੁਣ ਆਪਾਂ ਸਿੱਧੇ 18 'ਤੇ, ਕਿਉਂਕਿ 18 ਕਾਫੀ ਵੱਡਾ ਆ। ਹਾਂਜੀ, 18ਵਾਂ ਕੁਐਸਚਨ, ਇਹਦਾ ਸਕਰੀਨਸ਼ੋਟ ਲੈ ਲਓ, ਸਾਰੀਆਂ ਐਂਟਰੀਜ਼ ਵਗੈਰਾ ਨੇ ਇਹਦੇ ਵਿੱਚ, ਬੈਲੈਂਸ ਸ਼ੀਟ ਦਿੱਤੀ ਹੋਈ ਹੈ ABC ਦੀ। ਹਾਂਜੀ, 18th, ਚਲਦੇ ਹਾਂ ਅੱਗੇ। ਹਾਂਜੀ, ਆ ਦੋ ਕੁਐਸਚਨਸ 6th ਅਤੇ 7th ਕੰਪਲੀਟ ਹੋ ਰਹੇ ਹਾਂ ਇਹਦੇ ਵਿੱਚ, ਸੋ ਇਹ ਦੇਖ ਲਓ। ਉਸ ਤੋਂ ਬਾਅਦ ਆ ਜਾਂਦੇ ਹਾਂ ਜੀ ਆਪਾਂ 8ਵੇਂ 'ਤੇ, 8ਵਾਂ ਇੱਥੋਂ ਦੀ ਸ਼ੁਰੂ ਹੋ ਕੇ ਇੱਥੇ ਕੰਪਲੀਟ ਹੋ ਰਿਹਾ। ਫਿਰ ਆ ਜਾਂਦੇ ਹਾਂ ਆਪਾਂ 9ਵੇਂ 'ਤੇ ਜੀ, 9ਵਾਂ ਇੱਥੋਂ ਸ਼ੁਰੂ ਹੋ ਕੇ ਹੋ ਰਿਹਾ ਇੱਥੇ ਤੱਕ। ਸੋ ਇਹ ਸੀ ਜੀ 12th ਦੇ ਸਟੂਡੈਂਟਸ ਦੇ ਲਈ ਅਕਾਊਂਟੈਂਸੀ ਦੇ ਲਈ ਇੰਗਲਿਸ਼ ਮੀਡੀਅਮ ਦੇ ਵਿੱਚ ਇੱਕ ਸੈਂਪਲ ਪੇਪਰ। ਉਮੀਦ ਹੈ ਵਧੀਆ ਤਿਆਰੀ ਕਰ ਲਈ ਹੋਣੀ ਤੁਸੀਂ ਅਤੇ ਵਧੀਆ ਮਾਰਕਸ ਲਓਗੇ। ਮੇਰੇ ਵੱਲੋਂ ਬੈਸਟ ਵਿਸ਼ਿਜ਼ ਨੇ ਬਈ, ਅਤੇ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ।